ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਦੋਸਤੋ ਅੱਜ ਦੀ ਵੀਡੀਓ ਮੋਸਟ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ 'ਚ ਆਪਾਂ ਕਵਰ ਕਰਾਂਗੇ ਨਾਗਰਿਕ ਸ਼ਾਸਤਰ ਦੇ ਇੰਪੋਰਟੈਂਟ MCQ ਹਾਂਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਜੀ ਤਾਂ ਜੋ ਤੁਹਾਨੂੰ ਸਾਡੀ ਵੀਡੀਓ ਦੀ ਹਰ ਇੱਕ ਨਵੀਂ ਨੋਟੀਫਿਕੇਸ਼ਨ ਆਉਟ ਟਾਈਮ ਨਾਲ ਮਿਲ ਸਕੇ हाँ जी स्टार्ट कर अज की वीडियो हाँ जी स्टार्ट कर फस्ट क्वेश्चन तो संविधान के किस अनुच्छेद अनुसार भारतीय नागरिका कई तरह दियाँ स्वतंत्रतावान प्राप्त ने साडे को चार ऑप्शन दते ने फस्ट है जी नौवें अनुच्छेद अनुसार सैकेंड दिता है उन्नीवेंद अनुसार थर्ड ऑप्शन दिता है जी उन्नतीवें अनुच्छेद अनुसार 349ਵੇਂ ਅਨੁਛੇਦ ਅਨੁਸਾਰ ਤਾਂ ਭਾਰਤੀ ਸੰਵਿਧਾਨ ਵਿੱਚ 9ਵੇਂ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸਵਤੰਤਰਤਾਵਾਂ ਪ੍ਰਾਪਤ ਨੇ ਤੇ ਇਸ ਕੁਸ਼ਣ ਦਾ ਜਿਹੜਾ ਫਰਸਟ ਆਪਸ਼ਨ ਹੋ ਜਾਵੇਗਾ ਕਰੈਕਟ 9ਵੇਂ ਅਨੁਛੇਦ ਅਨੁਸਾਰ ਹਾਂਜੀ ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ ਸੀ ਤਾਂ ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋਇਆ ਸੀ ਇਹ ਕੁਸ਼ਣ ਆਪ ਵੀ ਬਣ ਸਕਦਾ ਹੈ ਕਿ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ਸੀ ਤਾਂ ਇਹ ਲਾਗੂ ਹੋਇਆ ਸੀ ਜੀ 26 जनवरी 1950 फिर ਤੋਂ रिपीट ਕਰ ਦੇਣਾ कन्फ्यूजिंग ਹੈਗਾ ਜੀ ਕੁਸ਼ਣ ਫਸਟ ਹੈਗਾ ਸੀ ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ ਤਾਂ ਪਾਸ ਕਦੋਂ ਹੋਇਆ ਸੀ 26 ਨਵੰਬਰ 1949 ਨੂੰ ਤੇ ਭਾਰਤੀ ਸੰਵਿਧਾਨ ਲਾਗੂ ਕਦੋਂ ਹੋਇਆ ਸੀ ਤਾਂ ਇਹ ਲਾਗੂ ਹੋਇਆ ਸੀ ਜੀ 26 ਜਨਵਰੀ 1950 ਨੂੰ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਹਾਂ ਜੀ ਨੈਕਸਟ ਕੁਸ਼ਣ ਦਿੱਤਾ ਹੋਇਆ ਹੈ ਮੌਲਿਕ ਅਧਿਕਾਰਾਂ ਉੱਪਰ ਹੇਟ ਲਿਖੀ ਸ਼ਕਤੀ ਕੰਮ ਕਰਦੀ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਕਾਨੂੰਨੀ ਸੈਕਿੰਡ ਦਿੱਤਾ ਜੀ ਨੈਤਿਕ ਥਰਡ ਹੈਗਾ ਗੈਰ ਕਾਨੂੰਨੀ ਤੇ ਫੋਰਥ ਹੈਗਾ ਸੈਨਿਕ ਤਾਂ ਮੌਲਿਕ ਅਧਿਕਾਰਾਂ ਉੱਪਰ ਜਿਹੜੀ ਸ਼ਕਤੀ ਕੰਮ ਕਰਦੀ ਹੈ ਉਹ ਹੁੰਦੀ ਹੈ ਜੀ ਕਾਨੂੰਨੀ ਇਸ ਕੁਸ਼ਣ ਦਾ ਆਪਸ਼ਨ ਨੰਬਰ 1 ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਨੈਕਸਟ ਕੁਸ਼ਣ ਦਿੱਤਾ ਹੈ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਆਧਾਰ ਕੀ ਹੈ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਆਧਾਰ ਕੀ ਹੈ ਫਰਸਟ অপਸ਼ਨ ਦਿੱਤਾ ਹੈ ਕਾਨੂੰਨੀ ਸ਼ਕਤੀ ਸੈਕੰਡ ਦਿੱਤਾ ਹੈ ਸੀਮਿਤ ਸ਼ਕਤੀ ਥਰਡ অপਸ਼ਨ ਹੈਗਾ ਜੀ ਨੈਤਿਕ ਸ਼ਕਤੀ ਤੇ ਫੋਰਥ ਹੈਗਾ ਦਮਨਕਾਰੀ ਸ਼ਕਤੀ ਹਾਂਜੀ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਜਿਹੜਾ ਮੂਲ ਅਧਿਕਾਰ ਹੈਗਾ ਉਹ ਹੈਗਾ ਜੀ ਨੈਤਿਕ ਸ਼ਕਤੀ ਇਸ ਕੁਐਸਚਨ ਦਾ অপਸ਼ਨ ਨੰਬਰ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਭਾਰਤੀ ਨਾਗਰਿਕਾਂ ਨੂੰ ਕਿਹੜਾ ਮੂਲ ਅਧਿਕਾਰ ਪ੍ਰਾਪਤ ਨਹੀਂ ਹੈ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਕੁਐਸਚਨ ਭਾਰਤੀ ਨਾਗਰਿਕਾਂ ਨੂੰ ਕਿਹੜਾ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹੈ ਚਾਰ ਆਪਸ਼ਨ ਦਿੱਤੇ ਨੇ ਫਰਸਟ ਹੈਗਾ ਸਵਤੰਤਰਤਾ ਦਾ ਅਧਿਕਾਰ ਸੈਕਿੰਡ ਦਿੱਤਾ ਹੈ ਸਮਾਨਤਾ ਦਾ ਅਧਿਕਾਰ ਥਰਡ ਆਪਸ਼ਨ ਹੈਗਾ ਸਵਧਾਨਿਕ ਉਪਚਾਰਾਂ ਦਾ ਅਧਿਕਾਰ ਤੇ ਫੋਰਥ ਦਿੱਤਾ ਜੀ ਸੰਪਤੀ ਦਾ ਅਧਿਕਾਰ ਤਾਂ ਭਾਰਤੀ ਨਾਗਰਿਕਾਂ ਨੂੰ ਜਿਹੜਾ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹੈਗਾ ਉਹ ਹੈਗਾ ਜੀ ਸੰਪਤੀ ਦਾ ਅਧਿਕਾਰ ਇਸ ਕੁਸ਼ਣ ਦਾ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤੀ ਨਾਗਰਿਕਾਂ ਦਾ ਮੌਲਿਕ ਕਰਤਵ ਹੈ? ਹਾਂਜੀ ਦੱਸਣਾ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤੀ ਨਾਗਰਿਕ ਦਾ ਮੌਲਿਕ ਕਰਤਵ ਹੈਗਾ? ਫਸਟ ਆਪਸ਼ਨ ਦਿੱਤਾ ਹੈ ਸੰਵਿਧਾਨ ਦਾ ਪਾਲਣ ਕਰਨਾ। ਹਾਂਜੀ ਬਿਲਕੁਲ ਸਹੀ ਹੈਗਾ ਜੀ। ਸੈਕੰਡ ਦਿੱਤਾ ਹੈ ਰਾਸ਼ਟਰੀ ਚੰਡੇ ਦਾ ਸਨਮਾਨ ਕਰਨਾ। ਬੀ ਆਪਸ਼ਨ ਵੀ ਬਿਲਕੁਲ ਕਰੈਕਟ ਹੈਗਾ। ਸੀ ਆਪਸ਼ਨ ਦਿੱਤਾ ਹੈ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ। ਤਾਂ ਸੀ ਆਪਸ਼ਨ ਵੀ ਕਰੈਕਟ ਹੈਗਾ। অপশন ডি ਦਿੱਤਾ ਜੀ ਉੱਪਰ ਦਿੱਤੇ ਸਾਰੇ ਤੇ ਇਸ ਕੁਐਸਚਨ ਦਾ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਉੱਪਰ ਦਿੱਤੇ ਸਾਰੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਦਾ ਨਹੀਂ ਹੈ ਫਿਰ ਤੋਂ ਰਿਪੀਟ ਕਰ ਦਿੰਨੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਦਾ ਨਹੀਂ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਤਰਮ ਨਿਰਪੱਖ ਰਾਜ ਦੀ ਸਥਾਪਨਾ ਸੈਕਿੰਡ ਦਿੱਤਾ ਜੀ ਤਾਰਾ 370 ਦੀ ਸਮਾਪਤੀ ਸੀ ਆਪਸ਼ਨ ਹੈਗਾ ਗੁੱਟ નિર્ਲੇਪਤਾ ਤੇ ਫੋਰਥ ਦਿੱਤਾ ਹੈ ਉਦਯੋਗਿਕ ਖੇਤਰ ਵਿੱਚ ਸੁਧਾਰ ਤੇ ਇਸ ਕੁਸ਼ਣ ਦਾ ਜਿਹੜਾ ਬੀ ਆਪਸ਼ਨ ਆਪਣਾ கரੈਕਟ ਹੋ ਜਾਵੇਗਾ ਤਾਰਾ 370 ਦੀ ਸਮਾਪਤੀ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਜੀ ਨੈਕਸਟ ਕੁਸ਼ਣ ਦਿੱਤਾ ਹੈ ਹੇਠ ਲਿਖਿਆਂ ਵਿੱਚੋਂ ਕੀ ਲੋਕਮਤ ਦੇ ਨਿਰਮਾਣ ਵਿੱਚ ਰੁਕਾਵਟ ਹੈ ਹਾਂਜੀ ਆਪਾਂ ਨੂੰ ਦੱਸਣਾ ਜੀ 8 ਲਿਖਿਆ ਵਿੱਚੋਂ ਕੀ ਲੋਕਮਤ ਦੇ ਨਿਰਮਾਣ ਵਿੱਚ ਰੁਕਾਵਟ ਹੈ ਤਾਂ ਫਸਟ ਆਪਸ਼ਨ ਦਿੱਤਾ ਜੀ ਅਨਪੜਤਾ ਸੈਕਿੰਡ ਦਿੱਤਾ ਹੈ ਪੱਖਪਾਤੀ ਅਖਬਾਰਾਂ ਸੀ ਆਪਸ਼ਨ ਦਿੱਤਾ ਹੈ ਪ੍ਰਿਸ਼ਟ ਰਾਜਨੀਤੀ ਤੇ ਡੀ ਆਪਸ਼ਨ ਦਿੱਤਾ ਜੀ ਉੱਪਰ ਦੱਸੇ ਸਾਰੇ ਤਾਂ ਹਾਂਜੀ ਲੋਕਮਤ ਦੇ ਨਿਰਮਾਣ ਵਿੱਚ ਇਹ ਤਿੰਨੋਂ ਜਿਹੜੀਆਂ ਰੁਕਾਵਟਾਂ ਹਨ ਅਨਪੜਤਾ ਪੱਖਪਾਤੀ ਅਖਬਾਰਾਂ ਵੀ ਸੀ ਆਪਸ਼ਨ ਦਿੱਤਾ ਸੀ ਪ੍ਰਿਸ਼ਟ ਰਾਜਨੀਤੀ ਇਸ ਕੁਸ਼ਨ ਦਾ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਉੱਪਰ ਦਿੱਤੇ ਸਾਰੇ ਨੈਕਸਟ ਕੁਸ਼ਨ ਵੱਲ ਚਲਦੇ ਹਾਂ ਭਾਰਤ ਵਿੱਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈਗੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈਗਾ ਜੀ ਚਾਰ অপਸ਼ਨ ਦਿੱਤੇ ਨੇ ਫਸਟ ਹੈਗਾ ਬਹੁਦਲੀ ਸੈਕੰਡ ਦਿੱਤਾ ਜੀ ਦੋਦਲੀ ਸੀ অপਸ਼ਨ ਹੈਗਾ ਇੱਕਦਲੀ ਤੇ ਫੋਰਥ ਦਿੱਤਾ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਭਾਰਤ ਵਿੱਚ ਜਿਹੜੀ ਦਲ ਪ੍ਰਣਾਲੀ ਹੈਗੀ ਜੀ ਉਹ ਹੈਗੀ ਜੀ ਬਹੁਦਲੀ অপশন ফার্স্ট ਹੈ ਜਿਹੜਾ ਇਸ ਕੁਐਸਚਨ ਦਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੈ ਰਾਸ਼ਟਰਪਤੀ ਦੀ ਚੋਣ ਕਿਸ ਚੋਣਵੀ ਦੀ ਦੁਆਰਾ ਹੁੰਦੀ ਹੈ ਇਹ ਵੀ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਰਾਸ਼ਟਰਪਤੀ ਦੀ ਚੋਣ ਕਿਸ ਚੋਣਵੀ ਦੀ ਦੁਆਰਾ ਹੁੰਦੀ ਹੈ ফার্স্ট অপਸ਼ਨ ਦਿੱਤਾ ਹੈ ਪ੍ਰਤੱਕ ਸੈਕੰਡ ਦਿੱਤਾ ਜੀ ਐ ਪ੍ਰਤੱਕ ਥਰਡ অপਸ਼ਨ ਹੈਗਾ ਹੱਥ ਚੁੱਕ ਕੇ ਤੇ ਫੋਰਥ ਹੈਗਾ ਜੀ ਇਨਾਂ ਵਿੱਚੋਂ ਕੋਈ ਨਹੀਂ ਤੇ ਰਾਸ਼ਟਰਪਤੀ ਜਿਹੜੀ ਚੋਣ ਹੁੰਦੀ ਹੈ ਉਹ ਹੁੰਦੀ ਹੈ ਜੀ ਐ ਪਰਤਖ ਦੁਆਰਾ ਐ ਪਰਤਖ ਚੋਣਵੀਰੀ ਦੁਆਰਾ ਇਸ ਕੁਸ਼ਚਨ ਦਾ ਜਿਹੜਾ ਬੀ ਆਪਸ਼ਨ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਦਿੱਤਾ ਹੈ ਜੀ ਹੇਠ ਲਿਖਿਆ ਦਲ ਰਾਸ਼ਟਰੀ ਦਲ ਹੈ ਜੀ ਆਪਾਂ ਦੱਸਣਾ ਜੀ ਹੇਠ ਲਿਖਿਆ ਦਲ ਰਾਸ਼ਟਰੀ ਦਲ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ ਸੈਕੰਡ ਦਿੱਤਾ ਜੀ ਭਾਰਤੀ ਜਨਤਾ ਪਾਰਟੀ ਥਰਡ ਆਪਸ਼ਨ ਹੈਗਾ ਭਾਰਤੀ यूमिनिस्ट पार्टी ਤੇ 4 ਹੈਗਾ ਉੱਪਰ ਦੱਸੇ ਸਾਰੇ ਹਾਂਜੀ ਇਹ ਸਾਰੇ ਰਾਸ਼ਟਰੀ ਦਲ ਨੇ ਇੰਡੀਅਨ ਨੈਸ਼ਨਲ ਕਾਂਗਰਸ ਭਾਰਤੀ ਜਨਤਾ ਪਾਰਟੀ ਭਾਰਤੀ ਯੂਮਿਨਿਸਟ ਪਾਰਟੀ ਤੇ ਇਸ ਕੁਐਸਚਨ ਦਾ ਜਿਹੜਾ ਆਪਸ਼ਨ ਡੀ ਹੈ ਆਪਣਾ கரੈਕਟ ਹੋ ਜਾਵੇਗਾ ਉੱਪਰ ਦੱਸੇ ਸਾਰੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਹੈਗਾ ਭਾਰਤ ਦੀਆਂ ਤਿੰਨੇ ਹਥਿਆਰਬੰਦ ਸੈਨਾਵਾਂ ਦਾ ਪ੍ਰਧਾਨ ਕੌਣ ਹੁੰਦਾ ਹੈ ਜੀ ਤਿੰਨੇ ਹਥਿਆਰਬੰਦ ਸੈਨਾਵਾਂ ਮਤਲਬ ਜਲ ਸੈਨਾ, थਲ ਸੈਨਾ ਤੇ ਵਾਯੂ ਸੈਨਾ ਦਾ ਪ੍ਰਧਾਨ ਕੌਣ ਹੁੰਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਰੱਖਿਆ ਮੰਤਰੀ ਸੈਕਿੰਡ ਦਿੱਤਾ ਜੀ ਰਾਸ਼ਟਰਪਤੀ ਥਰਡ ਆਪਸ਼ਨ ਹੈਗਾ ਪ੍ਰਧਾਨ ਮੰਤਰੀ ਤੇ ਫੋਰਥ ਹੈਗਾ ਗ੍ਰਹਿ ਮੰਤਰੀ ਤਾਂ ਬਾਤ ਦੀਆਂ ਤਿੰਨੇ ਹਥਿਆਰਬੰਦ ਸੈਨਾਵਾਂ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਹੁੰਦਾ ਜੀ ਰਾਸ਼ਟਰਪਤੀ ਆਪਸ਼ਨ ਨੰਬਰ B ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਹੈਗਾ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਐਂਗਲੋ ਇੰਡੀਅਨਸ ਮੈਂਬਰ ਨਾਮਜ਼ਦ ਕਰ ਸਕਦਾ ਹੈ ਸਾਡੇ ਕੋਲ ਆਪਸ਼ਨ ਦਿੱਤੇ ਨੇ ਫਸਟ ਹੈਗਾ 2 ਸੈਕਿੰਡ ਆਪਸ਼ਨ ਦਿੱਤਾ ਹੈ 12 ਥਰਡ ਆਪਸ਼ਨ ਹੈਗਾ 5 ਤੇ ਫੋਰਥ ਦਿੱਤਾ ਹੈ 6 ਤਾਂ ਰਾਸ਼ਟਰਪਤੀ ਲੋਕ ਸਭਾ ਵਿੱਚ 2 ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਹੈ ਇਸ ਕੁਸ਼ਚਨ ਦਾ ਫਸਟ ਆਪਸ਼ਨ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਤੇ ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਐਡ ਕਰ ਸਕਦਾ ਹੈ ਜੀ ਤਾਂ ਆਪਸ਼ਨ ਹੋ ਜਾਏਗਾ 12 ਜੇਕਰ ਪੁੱਛਿਆ ਜਾਵੇ ਕਿ ਰਾਜ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਤਾਂ ਆਪਣਾ ਆਨਸਰ ਕੀ ਹੋ ਜਾਣਾ ਸੀ 12 ਨੈਕਸਟ ਕੁਐਸਚਨ ਹੈਗਾ ਜੀ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਹੁੰਦੀ ਹੈ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਹੁੰਦੀ ਹੈ ਫਸਟ ਆਪਸ਼ਨ ਦਿੱਤਾ ਹੈ ਪ੍ਰਧਾਨ ਮੰਤਰੀ ਤੇ ਉਸ ਦੀ ਮੰਤਰੀ ਪਰਿਸ਼ਦ ਦੁਆਰਾ ਸੈਕੰਡ ਆਪਸ਼ਨ ਹੈਗਾ ਰਾਜਾ ਦਿਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਥਰਡ ਆਪਸ਼ਨ ਹੈਗਾ ਰਾਜਾਂ ਦੀਆਂ ਪੰਚਾਇਤਾਂ ਦੁਆਰਾ ਤੇ ਫੋਰਥ ਹੈਗਾ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਦੁਆਰਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਚੋਣ ਹੁੰਦੀ ਹੈ ਉਹ ਹੁੰਦੀ ਹੈ ਜੀ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਤੇ ਇਸ ਕੁਸ਼ਣ ਦਾ ਆਪਸ਼ਨ ਬੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਨੈਕਸਟ ਕੁਸ਼ਣ ਹੁੰਦਾ ਜੀ ਸਾਡੇ ਮੌਲਿਕ ਅਧਿਕਾਰਾਂ ਦਾ ਸੁਰੱਖਿਅਕ ਕੀ ਹੈ ਫਸਟ ਆਪਸ਼ਨ ਦਿੱਤਾ ਹੈ ਪ੍ਰਧਾਨ ਮੰਤਰੀ ਅਤੇ ਸੋਰੀ ਪ੍ਰਧਾਨ ਮੰਤਰੀ ਦੇ ਮੰਤਰੀ ਪ੍ਰੀਸ਼ਦ ਸੈਕਿੰਡ অপਸ਼ਨ ਹੈਗਾ ਲੋਕ ਸਭਾ ਥਰਡ ਦਿੱਤਾ ਜੀ ਸਰਵੋਚ ਅਦਾਲਤ ਤੇ ਫੋਰਥ ਹੈਗਾ ਰਾਸ਼ਟਰਪਤੀ ਤਾਂ ਸਾਡੇ ਮੌਲਿਕ ਅਧਿਕਾਰਾਂ ਦਾ ਸੁਰੱਖਿਅਕ ਜਿਹੜਾ ਹੈਗਾ ਉਹ ਹੈਗਾ ਜੀ ਸਰਵੋਚ ਅਦਾਲਤ ਇਸ ਕੁਸ਼ਣ ਦਾ অপਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਅੱਜ ਦਾ ਜਿਹੜਾ ਲਾਸਟ ਕੁਸ਼ਣ ਹੈਗਾ ਆ ਤੁਹਾਡੇ ਲਈ ਹੈਗਾ ਜੀ ਇਸ ਕੁਸ਼ਣ ਦਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਕਿ ਕੁਐਸ਼ਨ ਹੈਗਾ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਫਸਟ ਆਪਸ਼ਨ ਦਿੱਤਾ ਹੈ 3 ਸਾਲ ਸੈਕੰਡ ਦਿੱਤਾ ਹੈ 4 ਸਾਲ ਥਰਡ ਦਿੱਤਾ ਹੈ 5 ਸਾਲ ਤੇ ਫੋਰਥ ਹੈਗਾ 6 ਸਾਲ ਹਾਂਜੀ ਇਸ ਕੁਐਸ਼ਨ ਦਾ ਜਿਹੜਾ ਆਨਸਰ ਹੈ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਡੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਟਾਈ ਨਾਲ ਮਿਲ ਸਕੇ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ